ਦੁਨੀਆ ਦੇ ਇਤਿਹਾਸ ਵਿੱਚ ਸਾਕਾ ਸਰਹੰਦ ਸਰਹੰਦ ਦੀ ਧਰਤੀ ਦੇ ਉੱਤੇ ਸ਼ਹਾਦਤਾਂ ਦਾ ਜੋ ਇੱਕ ਪਵਿੱਤਰ ਇਤਿਹਾਸ ਹੈ ਇਹਦੇ ਪਿਛੋਕੜ ਦੇ ਵਿੱਚ ਗੰਗੂ ਦੀ ਗਦਾਰੀ ਦਾ ਇਤਿਹਾਸ ਵੀ ਉਨਾ ਵੱਡਾ ਹੈ ਸਾਕਾ ਸਰਹੰਦ ਨਾਲ ਜੁੜੀਆਂ ਘਟਨਾਵਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਗੰਗੂ ਬ੍ਰਾਹਮਣ ਦੀ ਗਦਾਰੀ ਅਤੇ ਇਸ ਗਦਾਰੀ ਨਾਲ ਜੁੜੇ ਵੱਖ-ਵੱਖ ਪੱਖਾਂ ਦੇ ਉੱਤੇ ਵਿਚਾਰ ਹੋਣੇ ਚਾਹੀਦੇ ਹੈ ਆਮ ਤੌਰ ਤੇ ਗੰਗੂ ਬ੍ਰਾਹਮਣ ਦੀ ਗਦਾਰੀ ਨਾਲ ਸੰਬੰਧਿਤ ਕੁਝ ਪ੍ਰਚਲਿਤ ਕਹਾਣੀਆਂ ਇਤਿਹਾਸਿਕ ਸਚਾਈ ਤੋਂ ਵਖਰੀਆਂ ਹਨ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੇਵਲ ਗੰਗੂ ਬ੍ਰਾਹਮਣ ਤੱਕ ਸੀਮਿਤ ਰ੍ਹਾਂਗੇ ਸਾਕਾ ਸਰਹੰਦ ਠੰਡੇ ਬੁਰਜ ਅਤੇ ਵਜ਼ੀਰ ਖਾਨ ਦੀ ਕਚਹਿਰੀ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਾਂਗੇ ਪਿਛਲੀ ਬਾਤਾਂ ਦੇ ਵਿੱਚ ਆਪਾਂ ਚਮਕੌਰ ਦੀ ਇਤਿਹਾਸਿਕ ਜੰਗ ਦਾ ਜ਼ਿਕਰ ਕੀਤਾ ਸੀ ਜਿਸ ਜੰਗ ਵਿੱਚ ਦਸਮ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਹਬਜ਼ਾਦਿਆਂ ਦੀ ਸ਼ਹਾਦਤ ਅਤੇ ਗੁਰੂ ਦੇ ਸਿੰਘਾਂ ਦੇ ਸ਼ਹਾਦਤਾਂ ਦਾ ਇੱਕ ਬਹੁਤ ਉੱਚਾ ਕੀਰਤੀਮਾਨ ਸਤਾਤ ਹੋਇਆ ਅਤੇ ਇਸ ਇਤਿਹਾਸਕ ਜੰਗ ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਜਿੱਤ ਰਹੇ ਸਰਸਾ ਨਦੀ ਦੇ ਬਿਛੋੜੇ ਦੌਰਾਨ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਗੰਗੂ ਦੇ ਨਾਲ ਚਲੇ ਜਾਂਦੇ ਨੇ ਤੇ ਗੰਗੂ ਉਹਨਾਂ ਨੂੰ ਆਪਣੇ ਪਿੰਡ ਆਪਣੇ ਘਰ ਸਹੇੜੀ ਤੇ ਖੇੜੀ ਲੈ ਜਾਂਦਾ ਹੈ ਗੰਗੂ ਇੱਕ ਆਮ ਸਧਾਰਨ ਵਿਅਕਤੀ ਸੀ ਗੰਗੂ ਦੀ ਗਦਾਰੀ ਦਾ ਮੁੱਢ ਕਿਵੇਂ ਬੱਜਾ ਜਾਂ ਗੰਗੂ ਨੇ ਗਦਾਰੀ ਕਿਵੇਂ ਕੀਤੀ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਪ੍ਰਚਲਿਤ ਘਟਨਾਵਾਂ ਦਾ ਜ਼ਿਕਰ ਕਰਨਾ ਬਣਦਾ ਹੈ ਪ੍ਰਾਚੀਨ ਗ੍ਰੰਥਾਂ ਦੇ ਵਿੱਚ ਕਵੀਆਂ ਨੇ ਕੁਝ ਇਸ ਤਰ੍ਹਾਂ ਲਿਖ ਦਿੱਤਾ ਕਿ ਮਾਤਾ ਗੁਜਰੀ ਜੀ ਕੋਲ ਕੁਝ ਮੋਹਰਾਂ ਜਾਂ ਕੀਮਤੀ ਸਮਾਨ ਸੀ ਜਿਸ ਨੂੰ ਗੰਗੂ ਨੇ ਚੋਰੀ ਕਰ ਲਿਆ ਤੇ ਆਪਣੇ ਚੋਰੀ ਦਾ ਭੇਦ ਖੁੱਲ ਜਾਣ ਦੇ ਡਰੋਂ ਗੰਗੂ 10 ਪੋ ਦੀ ਸਵੇਰ ਨੂੰ ਮਰਿੰਡੇ ਦੇ कोतवाल ਕੋਲ ਜਾ ਕੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਮੁਖਬਰੀ ਕਰ ਆਇਆ ਤੇ ਇਸੇ ਦੌਰਾਨ ਮੋਰਿੰਡੇ ਦੇ कोतवाल ਨੇ ਸਹਬਜਾਦਾ ਨੂੰ ਗ੍ਰਿਫਤਾਰ ਕਰ ਲਿਆ ਇਹ ਘਟਨਾ ਕੇਵਲ ਇੰਨੀ ਸਧਾਰਨ ਨਹੀਂ ਸੀ ਪਹਿਲੀ ਗੱਲ ਤਾਂ ਇਹ ਕਿ ਜੰਗ ਦੇ ਦੌਰਾਨ ਕੋਈ ਕੀਮਤੀ ਸਾਜੋ-ਸਮਾਨ ਨੂੰ ਨਾਲ ਉਠਾਉਣ ਦਾ ਸਮਾਂ ਉਸ ਸਮੇਂ ਨਹੀਂ ਸੀ ਮਾਤਾ ਗੁਜਰੀ ਜੀ ਦੇ کردار ਦੇ ਬਾਰੇ ਮਾਤਾ ਗੁਜਰੀ ਜੀ ਦੀ ਸ਼ਖਸੀਅਤ ਦੇ ਬਾਰੇ ਅਣਜਾਣ ਲਿਖਾਰੀ ਕਈ ਵਾਰੀ ਇਦਾਂ ਲਿਖ ਜਾਂਦੇ ਨੇ ਕਿਉਂਕਿ ਠੰਡੇ ਬੁਰਜ ਦੇ ਵਿੱਚ ਕੈਦ ਮਾਤਾ ਗੁਜਰੀ ਜੀ ਦੀ ਸਿੱਖਿਆ ਅਤੇ ਵਜ਼ੀਰ ਖਾਨ ਦੀ ਕਚਹਿਰੀ ਤੋਂ ਉਪਰੰਤ ਸਹਿਬਜ਼ਾਦੇ ਜਦੋਂ ਮਾਤਾ ਗੁਜਰੀ ਜੀ ਨਾਲ ਬਾਰਤਾਲਾਪ ਕਰਦੇ ਤੇ ਇਸ ਦੇ ਦੌਰਾਨ ਮਾਤਾ ਗੁਜਰੀ ਜੀ ਵੱਲੋਂ ਸਹਿਬਜ਼ਾਦੇਆਂ ਨੂੰ ਜੋ ਸਬਕ ਸਿਖਾਏ ਗਏ ਧਰਮ ਦਾ ਪਾਠ ਧਰਮ ਦੀ ਦ੍ਰਿੜਤਾ ਤੇ ਚੱਲਣ ਦਾ ਸੰਦੇਸ਼ ਜਿਸ ਤਰ੍ਹਾਂ ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਦਿੱਤਾ ਤੇ ਜਿਸਤੇ ਪਹਿਰਾ ਦਿੰਦੇ ਹੋਏ ਸਹਿਬਜ਼ਾਦਿਆਂ ਨੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਉਹ ਜੋ ਸਵਾਲ ਉਹਨਾਂ ਨੂੰ ਕੀਤੇ ਜਾਂਦੇ ਉਹਨਾਂ ਦੇ ਤਸੱਲੀ ਬਖਸ਼ ਉੱਤਰ ਦਿੱਤੇ ਤੇ ਸਹਿਬਜ਼ਾਦਿਆਂ ਦੇ ਉੱਤਰ ਸੁਣ ਕੇ ਵਜ਼ੀਰ ਖਾਨ ਦਿਨੋਂ ਦਿਨ ক্রੋਧਿਤ ਹੁੰਦਾ ਗਿਆ ਇਦੇ ਬਾਰੇ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ ਪਹਿਲਾਂ ਆਪਾਂ ਗੰਗੂ ਦੀ ਗੱਲ ਕਰੀਏ ਗੰਗੂ ਦੇ ਬਾਰੇ ਦੋ ਗੱਲਾਂ ਇੱਕ ਤਾਂ ਇਹ ਕਿਹਾ ਜਾਂਦਾ ਹੈ ਕਿ ਗੰਗੂ ਆਪਣੀ ਜਾਤ ਕਰਕੇ ਕਿਉਂਕਿ ਗੰਗੂ ਦੀ ਜਾਤ ਬ੍ਰਾਹਮਣ ਸੀ ਤੇ ਇਥੋਂ ਤੱਕ ਕਿ ਭਾਈ ਵੀਰ ਸਿੰਘ ਜੀ ਨੇ ਵੀ ਉਹਨਾਂ ਲਖਾਰੀਆਂ ਦੇ ਹਵਾਲੇ ਲੈ ਕੇ ਕਲਗੀਧਰ ਚਮਤਕਾਰ ਦੇ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਗੰਗੂ ਆਪਣੇ ਜਾਤੀ ਅਪਮਾਨ ਨੂੰ ਜਗਾ ਕੇ ਭਾਵ ਜਾਤੀ ਚੇਤਨਾ ਜਾਗ ਉੱਠੀ ਉਹਨੂੰ ਇਹ ਮਹਿਸੂਸ ਹੋਇਆ ਕਿ ਕਸ਼ਤਰੀਆਂ ਨੂੰ ਅਸੀਂ ਨੀਮਾ ਦਿਖਾਉਣਾ ਹੈ ਪਹਿਲੀ ਗੱਲ ਤਾਂ ਇਹ ਕਿ ਸਿੱਖ ਇਤਿਹਾਸ ਵਿੱਚ ਜਾਂ ਗੁਰੂ ਇਤਿਹਾਸ ਵਿੱਚ ਜਾਤ ਦਾ ਇਸ ਤਰ੍ਹਾਂ ਦਾ ਵਰਣਨ ਉਚਿਤ ਨਹੀਂ ਜਾਪਦਾ ਜਾਂ ਕੇਵਲ ਗੰਗੂ ਦੀ ਗਦਾਰੀ ਨੂੰ ਕੇਵਲ ਇੱਕ ਬ੍ਰਾਹਮਣ ਦੀ ਗਦਾਰੀ ਤੱਕ ਸੀਮਤ ਕਰਨ ਨਾਲ ਵੀ ਗੱਲ ਸਪਸ਼ਟ ਨਹੀਂ ਹੁੰਦੀ ਨਾ ਹੀ ਮੋਹਰਾ ਦਾ ਲਾਲਚ ਨਾ ਹੀ ਕੇਵਲ ਧਾਰਮਿਕ ਤੌਰ ਤੇ ਕਿਉਂਕਿ ਗਦਾਰ ਦਾ ਕੋਈ ਧਰਮ ਨਹੀਂ ਹੁੰਦਾ ਕਿਸੇ ਵੀ ਧਰਮ ਦਾ ਵਿਅਕਤੀ ਕਿਸੇ ਸਮੇ ਗਦਾਰੀ ਕਰ ਸਕਦਾ ਹੈ ਇੱਕ ਇਤਿਹਾਸਿਕ ਘਟਨਾ ਗਦਾਰੀ ਦੀ ਈਸਾ ਮਸੀਹ ਦੇ ਨਾਲ ਜੁੜੀ ਜਿਸ ਦੇ ਬਾਰੇ ਹਰਿੰਦਰ ਮਹਿਬੂਬ ਜੀ ਨੇ ਵੀ ਜ਼ਿਕਰ ਕੀਤਾ ਕਿ ਗੰਗੂ ਦੀ ਗਦਾਰੀ ਜੁਡੀਸ ਦੀ ਗਦਾਰੀ ਦੇ ਨਾਲੋਂ ਕਿਤੇ ਵੱਡੀ ਹੈ ਗੰਗੂ ਦੀ ਗਦਾਰੀ ਵੱਡੀ ਕਿਵੇਂ ਹੈ ਜਾਂ ਗੰਗੂ ਗਦਾਰ ਕਿਵੇਂ ਬਣ ਗਿਆ ਜਾਂ ਇਹ ਘਟਨਾਕਰਮ ਕਿਵੇਂ ਵਾਪਰਿਆ ਅਸੀਂ ਇਹ ਜਾਣਦੇ ਹਾਂ ਕਿ ਗੰਗੂ ਗੁਰੂ ਪਰਿਵਾਰ ਦਾ ਰਸੋਈਆ ਸੀ ਅਤੇ ਗੰਗੂ ਨੇ ਗੁਰੂ ਪਰਿਵਾਰ ਨੂੰ ਬਚਾਉਣ ਦੇ ਖਾਤਰ ਇਹ ਨਹੀਂ ਕਿ ਜਦੋਂ ਸਰਸਾ ਨਦੀ ਤੋਂ ਵਿਛੋੜਾ ਪਿਆ ਉਸੇ ਸਮੇਂ ਗੰਗੂ ਦੀ ਨੀਤ ਬਦਨੀਤ ਹੋ ਗਈ ਹੋਵੇ ਜਾਂ ਉਸਨੇ ਕੋਈ ਇਦਾਂ ਦੀ ਸਕੀਮ ਬਣਾਈ ਹੋਵੇ ਕਿ ਉਹ ਬੱਚਿਆਂ ਨੂੰ ਆਪਣੇ ਘਰ ਲੈ ਜਾ ਕੇ ਗ੍ਰਿਫਤਾਰ ਕਰਾਏਗਾ ਉਸ ਸਮੇਂ ਗੰਗੂ ਬਿਲਕੁਲ ਗੁਰੂ ਪਰਿਵਾਰ ਦਾ ਇੱਕ ਸੇਵਕ ਜਾਂ ਸੇਵਾਦਾਰ ਦੇ ਤੌਰ ਤੇ ਸੀ ਕਿਉਂਕਿ ਜਦੋਂ ਕਿਸੇ ਵੀ ਲਹਿਰ ਦੀ ਚੜਤ ਹੁੰਦੀ ਹੈ ਲਹਿਰ ਦੀ ਚੜਤ ਨੂੰ ਦੇਖ ਕੇ ਕਈ ਲੋਕ ਲਹਿਰ ਵਿੱਚ ਸ਼ਾਮਲ ਹੋ ਜਾਂਦੇ ਨੇ ਔਰ ਉੱਚੀਆਂ ਸਫਾਂ ਤੱਕ ਭਾਵ ਲੀਡਰਸ਼ਿਪ ਜਾਂ ਉੱਚੇ ਮਕਾਮ ਤੱਕ ਵੀ ਪਹੁੰਚ ਜਾਂਦੇ ਨੇ ਜਥੇਵੰਦਕ ਤੌਰ ਤੇ ਇਸੇ ਤਰ੍ਹਾਂ ਗੰਗੂ ਬ੍ਰਾਹਮਣ ਵੀ ਇੱਕ ਅਜਿਹਾ ਕਰਦਾਰ ਸੀ ਜਿਹੜਾ ਸਿੱਖ ਲਹਿਰ ਦੀ ਚੜ੍ਹਤ ਦਸ਼ਮੇਸ਼ ਪਿਤਾ ਜੀ ਦੀ ਚੜ੍ਹਤ ਨੂੰ ਦੇਖ ਕੇ ਗੁਰੂ ਪਰਿਵਾਰ ਦੇ ਨਾਲ ਜੁੜਿਆ ਚੜਤ ਦੇ ਦੌਰਾਨ ਛੋਟੇ ਕਰਦਾਰ ਦੇ ਲੋਕ ਜਦੋਂ ਮੁਸੀਬਤ ਪੈਂਦੀ ਹੈ ਜਿਸ ਤਰ੍ਹਾਂ ਉਹ ਚੜਤ ਨੂੰ ਦੇਖ ਕੇ ਅੱਗੇ ਜਾਂਦੇ ਨੇ ਤੇ ਉਸੇ ਤਰ੍ਹਾਂ ਹੀ ਉਹ ਪਿੱਛੇ ਮੁੜਦੇ ਨੇ ਜੇਕਰ ਅਸੀਂ ਗੰਗੂ ਦੇ ਮਨੋਵਿਗਿਆਨ ਨੂੰ ਸਮਝੀਏ ਬੇਸ਼ੱਕ ਗੰਗੂ ਗੁਰੂ ਪਰਿਵਾਰ ਦਾ ਰਸੋਈਆ ਸੀ ਪਰੰਤੂ ਸਿੱਖੀ ਦੇ ਵਿੱਚ ਧ੍ਰਿੜ ਨਾ ਹੋਣ ਕਰਕੇ ਕੇਵਲ ਚੜਤ ਨੂੰ ਦੇਖ ਕੇ ਸ਼ਾਮਲ ਹੋਇਆ ਸੀ ਗੰਗੂ ਦੇ ਉੱਪਰ ਗੁਰਸਿੱਖੀ ਦਾ ਉਹ ਪ੍ਰਭਾਵ ਨਹੀਂ ਸੀ ਜਿਹੜਾ ਕਿ ਗੁਰੂ ਦੇ ਸਿਦਕੀ ਸਿੰਘਾਂ ਨੇ ਜਿਸ ਤਰ੍ਹਾਂ ਆਪਾਂ ਚਮਕੌਰ ਦੀ ਜੰਗ ਦਾ ਜ਼ਿਕਰ ਕਰ ਚੁੱਕੇ ਹਾਂ ਜਿਸ ਤਰ੍ਹਾਂ ਦੇ 40 ਸਿੰਘ ਗੁਰੂ ਮਹਾਰਾਜ ਦੇ ਨਾਲ ਸਨ ਗੰਗੂ ਕਰਦਾਰ ਪੱਖੋਂ ਉਸ ਤਰ੍ਹਾਂ ਦਾ ਨਹੀਂ ਸੀ ਜਦੋਂ ਗੰਗੂ ਦੇ ਘਰ ਸਹਿਬਜ਼ਾਦੇ 3 ਦਿਨ 3 ਰਾਤਾਂ ਰਹਿੰਦੇ ਨੇ ਇਸ ਸਮੇਂ ਦੇ ਦੌਰਾਨ ਗੰਗੂ ਦੇ ਮਨ ਵਿੱਚ ਵੀ ਬਹੁਤ ਕੁਝ ਉਥਲ-ਪੁਥਲ ਹੋਈ ਹੋਵੇਗੀ ਆਪਾਂ ਉਸ ਸਮੇਂ ਦੇ ਬਾਰੇ ਸੋਚੀਏ ਕਿ ਚਮਕੌਰ ਦੀ ਜੰਗ ਦੇ ਵਿੱਚ ਲੱਖਾਂ ਦੀ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫਤਾਰ ਕਰਨ ਦੇ ਲਈ ਆਈ ਸੀ ਸਿਰੇ ਅਨੰਦਪੁਰ ਸਾਹਿਬ ਦਾ ਕਿਲਾ ਛਡਾਉਣ ਪਿੱਛੇ ਮੁਗਲਾਂ ਦਾ ਕੇਵਲ ਥਾਂ ਦਾ ਰੋਲਾ ਨਹੀਂ ਸੀ ਕੇਵਲ ਕਿਲੇ ਤੇ ਕਾਬਜ਼ ਹੋਣ ਤੱਕ ਹੀ ਉਹਨਾਂ ਦੀ ਜੰਗ ਨਹੀਂ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖੁਦ ਗ੍ਰਿਫਤਾਰ ਕਰਨਾ ਚਾਹੁੰਦੇ ਸਨ ਜਦੋਂ ਗੁਰੂ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਵੀ ਸੁਰੱਖਿਤ ਨਿਕਲ ਜਾਂਦੇ ਨੇ ਤਾਂ ਸੁਭਾਵਿਕ ਹੈ ਕਿ ਉਹ ਲੱਖਾਂ ਦੀ ਫੌਜ ਇਧਰ ਉਧਰ ਗੁਰੂ ਮਹਾਰਾਜ ਦੇ ਭਾਲ ਦੇ ਵਿੱਚ ਤੁਰੇ ਫਿਰਦੀ ਹੋਏਗੀ ਅਤੇ ਇਸ ਫੌਜ ਨੇ ਵੱਖ-ਵੱਖ ਇਲਾਕੇ ਖੋਜੇ ਹੋਣਗੇ ਤਲਾਸ਼ੀਆਂ ਲਈਆਂ ਹੋਣਗੀਆਂ ਅਤੇ ਢੋਲ ਨਗਾਰੇ ਵਜਾ ਕੇ ਮਨਾਦੀ ਕਰਵਾਈ ਹੋਏਗੀ ਕਿ ਗੁਰੂ ਦੇ ਸਿੰਘਾਂ ਨੂੰ ਸਾਡੇ ਤੱਕ ਪੇਸ਼ ਕਰੋ ਗੰਗੂ ਵੀ ਇਸ ਵਾਤਾਵਰਨ ਦੇ ਵਿੱਚ ਆਪਣੇ ਆਪ ਨੂੰ ਕਿਉਂਕਿ ਕਰਦਾਰ ਦਾ ਉੱਚਾ ਨਹੀਂ ਸੀ ਸੁਭਾਵਿਕ ਹੈ ਕਿ ਗੰਗੂ ਦੇ ਮਨ ਦੇ ਵਿੱਚ ਇੱਕ ਸਹਿਮ ਜਾਂ ਡਰ ਬੈਠ ਗਿਆ ਹੋਵੇਗਾ ਕਿਉਂਕਿ ਜਦੋਂ ਉਸ ਸਮੇਂ ਫੌਜ ਗੁਰੂ ਮਹਾਰਾਜ ਦੇ ਪਰਿਵਾਰ ਨੂੰ ਤੇ ਗੁਰੂ ਮਹਾਰਾਜ ਨੂੰ ਲੱਭ ਰਹੀ ਸੀ ਤਾਂ ਨਾਲ ਦੀ ਨਾਲ ਇਹ ਕਿਹਾ ਜਾਂਦਾ ਸੀ ਕਿ ਜਿਸ ਪਰਿਵਾਰ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦ ਉਹਨਾਂ ਦੇ ਸਿੰਘ ਮਿਲ ਗਏ ਉਹਨਾਂ ਦਾ ਸਮੁੱਚਾ ਪਰਿਵਾਰ ਕੋਲੂ ਪੀੜ ਦਿੱਤਾ ਜਾਏਗਾ ਤੇ ਗੰਗੂ ਇਸ ਕਿਸਮ ਦੀ ਸਜ਼ਾ ਨੂੰ ਸੁਣ ਕੇ ਸੁਭਾਵਿਕ ਹੈ ਕਿ ਡਰ ਗਿਆ ਹੋਵੇਗਾ ਤੇ ਗੰਗੂ ਦੇ ਮਨ ਦੇ ਡਰ ਕਰਕੇ ਹੀ ਗੰਗੂ ਚੁੱਪਚੀ ਬੀਤੇ ਮਰਿੰਡੇ ਦੇ कोतवाल ਕੋਲ ਚਲਾ ਜਾਂਦਾ ਹੈ ਮਾਤਾ ਗੁਜਰੀ ਜੀ ਦੇ ਨਾਲ ਜਿਸ ਤਰ੍ਹਾਂ ਪ੍ਰਾਤਨ ਕੁਝ ਲਖਾਰੀਆਂ ਨੇ ਕਿਹਾ ਕਿ ਇਦਾਂ ਦੀ ਵਾਰਤਾਲਾਪ ਹੋਈ ਹੋਏਗੀ ਕਿ ਗੰਗੂ ਨੂੰ ਕਿਹਾ ਹੋਵੇਗਾ ਕਿ ਤੁਸੀਂ ਮੋਹਰਾਂ ਦਾ ਲਾਲਚ ਨਹੀਂ ਕਰਨਾ ਸੀ ਜਾਂ ਮੈਂ ਵੈਸੇ ਜ਼ਿਕਰ ਕੀਤਾ ਸੀ ਜਾਂ ਪੁੱਛਿਆ ਸੀ ਕਿ ਪੋਟਲੀ ਕਿੱਥੇ ਗਈ ਗੱਲ ਕੇਵਲ ਪੋਟਲੀ ਦੀ ਨਹੀਂ ਸੀ ਕਿਉਂਕਿ ਗੁਰੂ ਪਰਿਵਾਰ ਗੁਰੂ ਮਹਾਰਾਜ ਦਾ ਪਰਿਵਾਰ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਆਪਣੇ ਪੁੱਤਰਾਂ ਨੂੰ ਧਰਮ ਦੇ ਲਈ ਮਾਰ ਸਕਦੇ ਨੇ ਧਰਮ ਦੇ ਲਈ ਸ਼ਹਾਦਤ ਦੇ ਸਕਦੇ ਨੇ ਉਹਨਾਂ ਦੇ ਲਈ ਕੋਈ ਮੋਹਰਾ ਜਾਂ ਦੌਲਤ ਜਾਂ ਕੋਈ ਕੀਮਤੀ ਸਾਜ-ਸਮਾਨ ਦਾ ਕੋਈ ਮੁੱਲ ਨਹੀਂ ਮਾਤਾ ਗੁਜਰੀ ਜੀ ਦਾ ਜੇਕਰ ਆਪਾਂ ਕਰਤਾਰ ਦੇਖੀਏ ਮਾਤਾ ਗੁਜਰੀ ਜੀ ਕੋਈ ਸਧਾਰਨ ਕਿਸਮ ਦੇ ਔਰਤ ਨਹੀਂ ਮਾਤਾ ਗੁਜਰੀ ਜੀ ਦੇ ਸਾਹਮਣੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦੌਰ ਮਾਤਾ ਗੁਜਰੀ ਜੀ ਨੇ ਆਪਣੇ ਜਿਸਮ ਉੱਤੇ ਹੰਡਾਇਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਦੀ ਸਿਰਜਣਾ ਤੱਕ ਜੰਗਾਂ ਤੱਕ ਦੇ ਦੌਰ ਦੇ ਵਿੱਚ ਮਾਤਾ ਗੁਜਰੀ ਜੀ ਇਸ ਸਾਰੇ ਘਟਨਾਕਰਮ ਦਾ ਇੱਕ ਅਜਿਹਾ ਨਾ ਕੇਵਲ ਉੱਚਾ ਕਰਤਾਰ ਬਲਕਿ ਇਤਿਹਾਸਿਕ ਗਵਾਹ ਨੇ ਜਿਨ੍ਹਾਂ ਨੇ ਧਰਮ ਨੂੰ ਜਾਂ ਧਾਰਮਿਕ ਤੌਰ ਤੇ ਦ੍ਰਿੜ ਰਹਿਣ ਦਾ ਜਿਹੜਾ ਕਰਦਾਰ ਹੈ ਮਾਤਾ ਗੁਜਰੀ ਜੀ ਦਾ ਉਹ ਨਾ ਕੇਵਲ ਪਿਛਲੀਆਂ ਇਤਿਹਾਸਿਕ ਘਟਨਾਵਾਂ ਪ੍ਰੰਤੂ ਇਸ ਗ੍ਰਿਫਤਾਰੀ ਤੋਂ ਉਪਰੰਤ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਾਂ ਜਿਸ ਤਰ੍ਹਾਂ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਅਤੇ ਸਹਿਜਾਦਿਆਂ ਨੂੰ ਕੈਦ ਕੀਤਾ ਗਿਆ ਕੈਦ ਦੌਰਾਨ ਅਡੋਲਤਾ ਦਾ ਜੋ ਸਬਕ ਮਾਤਾ ਗੁਜਰੀ ਜੀ ਅਪ ਸਹਿਬਜਾਦਿਆਂ ਨੂੰ ਸਿਖਾਉਂਦੇ ਨੇ ਤੇ ਆਪ ਡਿਢ ਰਹਿੰਦੇ ਨੇ ਉਸ ਨੂੰ ਆਧਾਰ ਬਣਾ ਕੇ ਅਸੀਂ ਇਹ ਗੱਲ ਕਹਿ ਸਕਦੇ ਆ ਕਿ ਜਦੋਂ ਵੀ ਇਤਿਹਾਸਕ ਤੌਰ ਤੇ ਕੋਈ ਲਿਖਾਰੀ ਆਪਣੀ ਲਿਖਤ ਲਿਖਦਾ ਤਾਂ ਉਹਦੇ ਪਿੱਛੇ ਕੇਵਲ ਘਟਨਾ ਨੂੰ ਬਿਆਨ ਕਰਨ ਜਾਂ ਘਟਨਾ ਨੂੰ ਸਹੀ ਤੌਰ ਤੇ ਬਿਆਨ ਕਰਨ ਦੇ ਨਾਲ ਨਾਲ ਇਤਿਹਾਸਕਾਰ ਆਪਣੇ ਅਵਚੇਤਨ ਜਾਂ ਆਪਣੇ ਪਸ਼ੋਕੜ ਨੂੰ ਵੀ ਨਾਲ ਲੈ ਕੇ ਚੱਲਦਾ ਹੈ ਜਾਂ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ ਇਤਿਹਾਸਕ ਘਟਨਾਵਾਂ ਨੂੰ ਬਿਆਨ ਕਰਦਾ ਹੈ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਦੀ ਗ੍ਰਿਫਤਾਰੀ ਸੰਬੰਧੀ ਵੀ ਇਤਿਹਾਸਕਾਰਾਂ ਨੇ ਆਪਣੀ ਇਤਿਹਾਸਕ ਸੂਚ ਦੇ ਮੁਤਾਬਕ ਬਿਆਨੀ ਕੀਤੀ ਹੈ ਇਸ ਬਿਆਨੀ ਦੇ ਲਈ ਕਈ ਵਾਰੀ ਪ੍ਰਚਾਰਕ ਕੇਵਲ ਇਕੋ ਲਖਾਰੇ ਦੇ ਦਿੱਤੇ ਬਿਆਨ ਨੂੰ ਆਧਾਰ ਬਣਾ ਕੇ ਕਈ ਵਾਰੀ ਚਰਚਾ ਕਰਦੇ ਨੇ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਵੱਖ-ਵੱਖ ਇਤਿਹਾਸਕਾਰਾਂ ਦੀਆਂ ਰਚਨਾਵਾਂ ਦਾ ਅਧਿਨਨ ਕਰੀਏ ਇੱਕ ਦੂਸਰੇ ਦੇ ਨਾਲ ਉਹਨਾਂ ਦੀ ਤੁਲਨਾ ਕਰੀਏ ਔਰ ਇਸ ਤੁਲਨਾ ਨੂੰ ਇਤਿਹਾਸਕ ਘਟਨਾ ਕਰਮ ਅਤੇ ਗੁਰ ਸਿਧਾਂਤਾਂ ਦੇ ਨਾਲ ਮੇਲ ਕੇ ਦੇਖੀਏ ਫਿਰ ਇਤਿਹਾਸਕ ਵਿਆਨੀ ਜਾਂ ਇਤਿਹਾਸਕ ਸਰੋਤਾਂ ਦੀ ਇੱਕ ਉਚਿਤ ਵਿਆਖਿਆ ਹੋ ਸਕਦੀ ਹੈ ਇੱਥੇ ਆਪਾਂ ਇਹ ਵੀ ਗੱਲ ਸਪਸ਼ਟ ਕਰ ਲਈਏ ਕਿ ਇੱਕ ਪਾਸੇ ਇਤਿਹਾਸ ਦੇ ਸੋਮੇ ਨੇ ਇਤਿਹਾਸਿਕ ਸਰੋਤਾਂ ਦੇ ਵਿੱਚ ਬਹੁਤ ਕੀਮਤੀ ਇਤਿਹਾਸਿਕ ਜਾਣਕਾਰੀ ਹੁੰਦੀ ਹੈ ਪਰੰਤੂ ਇਤਿਹਾਸਿਕ ਸੋਮਿਆਂ ਨੂੰ ਅਸੀਂ ਇਤਿਹਾਸ ਨਹੀਂ ਕਹਿ ਸਕਦੇ ਇਤਿਹਾਸ ਦੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਵੱਖ-ਵੱਖ ਸਰੋਤਾਂ ਨੂੰ ਇਕੱਠੇ ਕਰਕੇ ਉਹਨਾਂ ਸਰੋਤਾਂ ਦੇ ਵਿੱਚ ਜਿਹੜੇ ਤੱਥ ਨੇ ਉਹਨਾਂ ਤੱਥਾਂ ਦਾ ਇੱਕ ਤਰੀਕੇ ਦੇ ਨਾਲ ਵਿਸ਼ਲੇਸ਼ਨ ਪੁਣਛਾਣ ਕਰਨ ਤੋਂ ਬਾਅਦ ਅਸੀਂ ਕੋਈ ਆਪਣੀ ਸਪਸ਼ਟ ਜਾਂ ਆਪਾਂ ਕਹੀਏ ਕਿ ਸਹੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰੀਏ ਗੰਗੂ ਬ੍ਰਾਹਮਣ ਨੇ ਜੋ ਗਦਾਰੀ ਕੀਤੀ ਇਹ ਗਦਾਰੀ ਦੁਨੀਆ ਦੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਸ਼ਹਾਦਤਾਂ ਦੇ ਦੌਰ ਦੇ ਵਿੱਚ ਸਭ ਤੋਂ ਪਵਿੱਤਰ ਸ਼ਹਾਦਤ ਜਾਂ ਅਨੋਕੀ ਸ਼ਹਾਦਤ ਸਾਕਾ ਸਰਹੰਦ ਵਿੱਚ ਵਾਪਰੀ ਹੈ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜਾਦਿਆਂ ਦੀ ਸ਼ਹਾਦਤ ਦਾ ਦੁਨੀਆ ਦੀ ਕਿਸੇ ਵੀ ਸ਼ਹਾਦਤ ਦੇ ਨਾਲ ਕੋਈ ਮੁਕਾਬਲਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਬਹੁਤ ਵੱਡੇ ਗਦਾਰ ਹੋਏ ਨੇ ਇਨ੍ਹਾਂ ਗਦਾਰਾਂ ਦੇ ਵਿੱਚ ਜੁਡਿਸ ਇੱਕ ਅਜਿਹਾ ਕਰਦਾਰ ਤੇ ਗਦਾਰ ਹੈ ਜਿਹਨੂੰ ਦੁਨੀਆ ਭਰ ਦੇ ਇਤਿਹਾਸਕਾਰ ਚੰਗੀ ਤਰ੍ਹਾਂ ਜਾਣਦੇ ਨੇ ਪਰੰਤੂ ਗੰਗੂ ਬ੍ਰਾਹਮਣ ਦੀ ਗਦਾਰੀ ਬਿਲਕੁਲ ਪ੍ਰੋਫੈਸਰ ਹਰਿੰਦਰ ਮਹਿਬੂਬ ਨੇ ਸਹੀ ਲਿਖਿਆ ਕਿ ਜੁਡੀਸ ਦੀ ਗਦਾਰੀ ਤੋਂ ਕਿਤੇ ਵੱਡੀ ਹੈ ਕਿਉਂਕਿ ਨਮਕ ਹਰਾਮੀ ਜਿਹੜਾ ਵਿਅਕਤੀ ਗੁਰੂ ਪਰਿਵਾਰ ਦੇ ਨਾਲ ਰਹਿੰਦਾ ਹੋਵੇ ਰਸੋਈਆ ਹੋਵੇ ਲੰਗਰ ਹੀ ਹੋਵੇ ਜੇਕਰ ਉਹ ਗੁਰੂ ਪਰਿਵਾਰ ਨੂੰ ਆਪ ਗ੍ਰਿਫਤਾਰ ਕਰਵਾਉਂਦਾ ਤਾਂ ਇਸ ਤੋਂ ਵੱਡਾ ਹੋਰ ਕੋਈ ਗਨਾਹ ਜਾਂ ਗਦਾਰ ਨਹੀਂ ਹੋ ਸਕਦਾ ਸੋ ਸਿੱਖ ਇਤਿਹਾਸ ਵਿੱਚ ਜਿੱਡੇ ਵੱਡੇ ਯੋਧੇ ਹੋਏ ਨੇ ਜਿੱਡੀਆਂ ਵੱਡੀਆਂ ਸ਼ਹਾਦਤਾਂ ਵਾਪਰੀਆਂ ਨੇ ਉਹਦੇ ਵੱਡੇ ਗਦਾਰਾਂ ਦਾ ਵੀ ਇੱਕ ਬਰਾਬਰ ਇਤਿਹਾਸ ਹੈ ਅੱਜ ਜਦੋਂ ਅਸੀਂ ਸਹਜਾਦਿਆਂ ਦੀ ਸ਼ਹਾਦਤ ਨੂੰ ਆਪਣੀ ਸਮਰਤੀ ਦੇ ਵਿੱਚ ਲੈ ਕੇ ਆਉਨੇ ਆ ਨਾਲ ਦੀ ਨਾਲ ਸਾਨੂੰ ਗੰਗੂ ਗਦਾਰ ਅਤੇ ਉਸ ਦੀ ਗਦਾਰੀ ਦੇ ਵੱਖ-ਵੱਖ ਪੱਖਾਂ ਦਾ ਵੀ ਜ਼ਿਕਰ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਗਦਾਰਾਂ ਤੋਂ ਬਚਾਅ ਹੋ ਸਕੇ ਧੰਨਵਾਦ